ਕਿਸਰਬ੍ਰਾਹੂ ਅਗੇਤੀਆਂ ਬੀਜੀਆਂ ਹੋਈਆਂ ਕਣਕਾਂ ਜਿਨ੍ਹਾਂ ਦੀ ਉਮਰ 90 ਦਿਨ ਤੋਂ ਵੀ ਉੱਪਰ ਹੋ ਚੁੱਕੀ ਹੈ ਬਹੁਤੀਆਂ ਕਣਕਾਂ ਨੂੰ ਤਾਂ 110 ਦਿਨ ਦਾ ਸਮਾਂ ਵੀ ਬਜਾਈ ਕੀਤੇ ਹੋયા ਹੋ ਗਿਆ ਹੈਗਾ ਜਿਨ੍ਹਾਂ ਦੀ ਬੰਸਰੀ ਦੇ ਵਿੱਚ ਛਿੱਟਾ ਬਣਿਆ ਹੋਇਆ ਕੁਝ ਕਿਸਾਨ ਜਦੋਂ ਪਾੜ ਕੇ ਦੇਖਦੇ ਆ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਣਕਾਂ ਨਸਾਰਾ ਲੇਟ ਲੈ ਰਹੀਆਂ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੁਝ ਕਣਕਾਂ ਅਗੇਤੀਆਂ ਬੀਜੀਆਂ ਹੋਣ ਕਰਕੇ ਪਹਿਲਾਂ ਵੈਜੀਟੇਟਿਵ ਗਰੋਥ ਜ਼ਿਆਦਾ ਹੋਈ ਤੇ ਜਿਹੜੀ ਜ਼ਿਆਦਾ ਚੰਗੀ ਸਰਦੀ ਦੀ ਸ਼ੁਰੂਆਤ ਹੈ ਉਹ ਮਿਡ ਦਸੰਬਰ ਤੋਂ ਬਾਅਦ ਹੁੰਦੀ ਹੈ 22 ਦਸੰਬਰ ਨੂੰ ਪਹਿਲੀ ਧੁੰਦ ਆਉਂਦੀ ਹੈ ਜਿਹਦੇ ਕਰਕੇ ਕਣਕ ਦੀ ਗਰੋਥ ਰੁਕਦੀ ਹੁੰਦੀ ਹੈ ਤੇ ਟਿੱਲਰ ਅਵਸਥਾ ਜਿਹੜੀ ਉਹ ਲੰਬੀ ਹੋ ਜਾਂਦੀ ਹੁੰਦੀ ਹੈ ਪਰ ਇਸ ਵਾਰ ਕੀ ਹੈ ਹਰ ਇੱਕ ਕਣਕ ਦੀ ਕਿਸਮ ਦਾ ਆਪਣਾ ਇੱਕ ਕੈਰੇਕਟਰ ਹੈ ਆਪਣਾ ਇੱਕ ਗੁਣਾ ਆਪਣਾ ਇੱਕ ਸੁਭਾਅ ਹੈਗਾ ਕਿ ਉਹ 60 ਦਿਨ ਤੋਂ ਲੈ ਕੇ 75 ਦਿਨਾਂ ਦੇ ਵਿੱਚ ਨੀਚੇ ਆਪਣੇ ਬੰਸਰੀ ਦੇ ਵਿੱਚ ਛਿੱਟਾ ਤਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਦਸੰਬਰ ਦੇ ਐਂਡ ਤੇ ਪੂਰਾ ਜਨਵਰੀ ਦਾ ਮਹੀਨਾ ਲਗਭਗ 4-4 ਦਿਨਾਂ ਦਾ स्लॉट ਜਿਹੜਾ ਕੋਰੇ ਦਾ ਗਿਆ ਜਿਹਦੇ ਵਿੱਚ ਰੁਖਤ ਵਾਲੀ ਸੁੱਕੀ ਸਰਦੀ ਪਈ ਹੈਗੀ ਹੈ ਜਿਹਦੇ ਕਰਕੇ ਪਲਾਂਟ ਸਟ्रेस ਦੇ ਵਿੱਚ ਜਾਂਦਾ ਉਹ ਸਟ्रेस ਗਰੋ ਹਾਰਮੋਨ ਹੁੰਦਾ ਡਵੈਲਪ ਹੁੰਦਾ ਜਿਸ ਦੀ ਵਜ੍ਹਾ ਕਰਕੇ ਦਿੱਕਤ ਇਹ ਆਉਂਦੀ ਹੈ ਕਿ ਫਰੂਟ ਬਾਡੀ ਦੇ ਖਤਮ ਹੋਣ ਦੇ ਚਾਂਸ ਬਣ ਜਾਂਦੇ ਆ ਫਰੂਟ ਬਾਡੀ ਨਪੋਸ਼ਕ ਹੋਣ ਦੇ ਚਾਂਸ ਬਣ ਜਾਂਦੇ ਆ ਬੂਟੇ ਦਾ ਪੱਤਾ ਪੀਲਾ ਪੈ ਜਾਂਦਾ ਆਪਾਂ ਨੂੰ ਠੀਕ ਕਰ ਲੈਣੇ ਆ ਬੂਟਾ ਦਾ ਕੱਦ ਛੋਟਾ ਰਹਿ ਜਾਂਦਾ ਆਪਾਂ ਕੱਦ ਵੱਡਾ ਕਰ ਲੈਣੇ ਆ ਪਰ ਬੂਟਾ ਵੈਸੇ ਕੋਈ ਪਲਤਨ ਦਿਖਾ ਰਿਹਾ ਕੋਈ ਘਾਟ ਦਿਖਾ ਰਿਹਾ ਆਪਾਂ ਪੂਰੀ ਕਾਰਨ ਦੀ ਕੋਸ਼ਿਸ਼ ਕਰ ਲੈਣੇ ਆ ਪਰ ਜਦੋਂ ਬੱਲੀ ਦੇ ਵਿੱਚ ਅਜਿਹੀ ਸਮੱਸਿਆ ਆਉਂਦੀ ਹੈ ਕਿ ਜਾਂ ਤਾਂ ਮੱਖੀਆਂ ਨਹੀਂ ਬਣੀਆਂ ਜਾਂ ਛਿੱਟੇ ਦੇ ਵਿੱਚ ਦਾਣਿਆਂ ਵਾਲੀ ਜਗ੍ਹਾ ਚਿੱਟੀ ਹੋ ਚੁੱਕੀ ਹੈ ਡੈੱਡ ਹੋ ਚੁੱਕੀ ਹੈ ਉਹਦੇ ਤੇ ਜਿਹੜੀਆਂ ਕਸੀਰ ਹੈਗੇ ਆ ਬੱਲੀ ਦੇ ਉੱਪਰਲੇ ਪਾਸੇ ਉਹ ਬਰਾਊਨ ਹੋ ਕੇ ਸੁੱਕ ਚੁੱਕੇ ਆ ਜਾਂ ਬੱਲੀ ਬਾਹਰ ਨਿਕਲਣ ਵੇਲੇ ਬਲੇਟਾ ਮਾਰੀ ਹੋਈ ਹੈ ਤੇ ਅੱਧੀ ਤੋਂ ਵੱਧ ਬੱਲੀ ਖਤਮ ਹੋ ਚੁੱਕੀ ਹੈ ਇਸ ਤਰ੍ਹਾਂ ਦੀਆਂ ਕੰਡੀਸ਼ਨ ਆ ਇਹ ਤਿੰਨ ਵਜ੍ਹਾ ਕਰਕੇ ਹੁੰਦੀਆਂ ਜਾਂ ਤਾਂ ਫਸਲ ਦੇ ਉੱਪਰ ਜਦੋਂ ਛਿੱਟਾ ਬਣ ਰਿਹਾ ਹੁੰਦਾ ਕੋਈ 1 ਇੰਚ ਦਾ ਸਾਈਜ਼ ਬਣ ਰਿਹਾ ਹੁੰਦਾ ਤਾਂ ਉਸ ਦਾ ਖਖੋਲਾ ਤਿਆਰ ਹੋਣ ਵੇਲੇ ਟੈਂਪਰੇਚਰ ਆ ਜਿਹੜਾ ਉਹ ਬਹੁਤ ਜ਼ਿਆਦਾ ਗਲਤ ਰਹਿਦਾ ਕਣਕ ਦਾ ਬੂਟਾ ਸਰਦੀ ਨੂੰ ਬਹੁਤ ਜ਼ਿਆਦਾ ਮਾਣਦਾ ਹੈਗਾ ਪਰ ਸੁੱਕੀ ਸਰਦੀ ਛਿੱਟੇ ਬਣਨ ਵਾਲੀ ਅਵਸਥਾ ਤੇ ਇਸ ਦਾ ਨੁਕਸਾਨ ਹੀ ਕਰਦੀ ਹੈਗੀ ਆ ਤੇ ਜਿਹੜੀ ਅਵਸਥਾ ਅਗੇਤੀਆਂ ਬੀਜਾਈਆਂ ਕੀਤੀਆਂ ਹੋਆਂ ਕਣਕਾਂ ਦੇ ਉੱਪਰ ਦੇਖੀ ਗਈ ਹੈ ਕਿ ਜਨਵਰੀ ਦੇ ਵਿੱਚ 2 ਤੋਂ 3 ਵਾਰ ਕੋਹਰਾ ਪੈਣ ਕਰਕੇ ਛਿੱਟੇ ਵਾਲੀ ਅਵਸਥਾ ਦੇ ਉੱਤੇ ਬੜਾ ਅਸਰ ਪਿਆ ਜਿਸ ਨੂੰ ਕਿਸੇ ਵੀ ਫੰਗੀਸਾਈਡ ਦੇ ਨਾਲ ਗਰੋਥ ਪ੍ਰੋਮੋਟਰ ਦੇ ਨਾਲ ਜਾਂ ਕਿਸੇ ਤਤ ਦੀ ਸਪਰੇਅ ਕਰਨ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਇਹ ਇੱਕ ਡਿਸਆਰਡਰ ਕ੍ਰੀਏਟ ਹੋ ਗਿਆ ਪਲਾਂਟ ਦੀ ਫਰੂਟ ਬਾਡੀ ਆ ਜਿਹੜੀ ਉਹ ਇਫੈਕਟ ਹੋ ਚੁੱਕੀ ਹੈ ਜਿੰਨਾ ਕ ਹਿੱਸਾ ਉਹਦਾ ਜਿੰਦਾ ਜਾਂ ਜਿਹੜੇ ਖੇਤਾਂ ਦੇ ਵਿੱਚ ਮੌਇਸਚਰ ਰਿਹਾ ਰਿਹਾ ਕਿਸਾਨਾਂ ਨੇ ਦੇਖਪਾਲ ਕੀਤੀ ਕੋਰੇ ਦਾ ਅਸਰ ਨਹੀਂ ਹੋਣ ਦਿੱਤਾ ਹੈਗਾ ਤਾਂ ਉਹਨਾਂ ਖੇਤਾਂ ਦੇ ਵਿੱਚ ਬਹੁਤ ਘੱਟ ਨੁਕਸਾਨ ਹੈਗਾ ਪਰ ਜਿੱਥੇ ਕੋਈ ਮਲਚਿੰਗ ਵਾਲੀ ਕਣਕ ਹੈ ਕੋਈ ਸੁਪਰਸੀਡਰ ਵਾਲੀ ਕਣਕ ਹੈ ਜਾਂ ਹੈਪੀ ਸੀਡਰ ਵਾਲੀ ਕਣਕ ਹੈ ਜਿੱਥੇ ਕਿ ਕੋਰੇ ਦਾ ਅਸਰ ਆਮ ਨਾਲੋਂ ਵੱਧ ਦੇਖਿਆ ਗਿਆ ਹੈਗਾ ਤਾਂ ਉਥੇ ਇਸ ਤਰ੍ਹਾਂ ਦੇ ਛਿੱਟੇ ਕਣਕ ਦੇ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਏ ਜਾ ਰਹੇ ਨੇ ਜਿਨ੍ਹਾਂ ਨੂੰ ਕਿ ਕਿਸੇ ਠੀਜ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ